ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਕੀ ਖਾਲਸਾ, ਫਤਿਹ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਾਰੀਆਂ ਹੀ ਸੰਗਤਾਂ ਦਾ ਬ੍ਰੇਕ ਤੋਂ ਬਾਅਦ ਬ੍ਰੇਕਫਾਸਟ ਸ਼ੋਅ ਦੇ ਵਿੱਚ ਸਵਾਗਤ ਹੈ ਜੀ। ਜੀ ਆਇਆਂ ਨੂੰ ਕਹਿੰਦੇ ਹਾਂ ਫਿਰ ਬ੍ਰੇਕ ਤੋਂ ਬਾਅਦ, ਅਤੇ ਤੁਸੀਂ ਪਹਿਲਾਂ ਸੁਣ ਰਹੇ ਸੀ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਨਿਊਜ਼, ਅਤੇ ਨਿਊਜ਼ ਤੋਂ ਬਾਅਦ ਹੁਣ ਟਾਈਮ ਹੋ ਗਿਆ ਜੀ ਖਾਸ ਗੈਸਟ ਨਾਲ ਮੁਲਾਕਾਤ ਕਰਵਾਉਣ ਦਾ। ਸੋ ਅੱਜ ਦੇ ਜੋ ਗੈਸਟ ਨੇ ਸਾਡੇ ਬਹੁਤ ਹੀ ਖਾਸ ਨੇ, ਬਹੁਤ ਅਹਿਮ ਸ਼ਖਸੀਅਤ ਨੇ। ਉਹ ਸ਼ਖਸੀਅਤ ਐਸੇ ਨੇ ਕਿ ਕਿਸੇ ਜ਼ਿਆਦਾ, ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਪਹਿਚਾਣ ਦੇ ਮੁਹਤਾਜ ਨਹੀਂ ਨੇ, ਕਿਉਂਕਿ ਅਸੀਂ ਲਗਾਤਾਰ ਹੀ ਆਲਵੇਜ਼ ਹੀ ਉਹਨਾਂ ਨੂੰ ਸਿੱਖ ਚੈਨਲ ਦੇ ਥਰੂ ਉਹਨਾਂ ਦੇ ਦਰਸ਼ਨ ਕਰਦੇ ਰਹਿੰਦੇ ਹਾਂ। ਉਹਨਾਂ ਦੇ ਜੋ ਵਿਚਾਰ ਨੇ, ਉਹਨਾਂ ਦੇ ਜੋ ਕਥਾ ਵਿਚਾਰ ਨੇ, ਅਸੀਂ ਸੁਣਦੇ ਰਹਿੰਦੇ ਹਾਂ। ਸੋ ਜ਼ਿਆਦਾ ਅਸੀਂ ਵੇਟ ਨਹੀਂ ਕਰਵਾਈਏ, ਅਸੀਂ ਤੁਹਾਡੇ ਰੂਬਰੂ ਕਰਾਉਂਦੇ ਹਾਂ ਜੀ ਅੱਜ ਦੇ ਜੋ ਖਾਸ ਗੈਸਟ ਨੇ, ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਜੋ ਲੁਧਿਆਣੇ ਵਾਲੇ। ਸੋ ਸਾਡੇ ਕੋਲ ਪਹੁੰਚੇ ਨੇ, ਉਚੇਚੇ ਤੌਰ ਤੇ ਗੁਰਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗਿਆਨੀ ਕੁਲਵੰਤ ਸਿੰਘ ਜੀ ਦੇ ਨਾਲ ਹੀ ਸਾਡੇ ਡਰਬੀ ਤੋਂ ਵੀ ਖਾਸ ਗੈਸਟ ਨੇ ਭਾਈ ਭਾਜੀ ਪਾਲ ਸਿੰਘ ਜੀ, ਤੇ ਨਾਲ ਨੇ ਜੀ ਆਪਣਾ ਵੀਰ ਜੀ, ਆਪਣਾ ਸ਼ੁਭ ਨਾਮ ਕੀ ਹੈ ਜੀ? ਅਮਿਤ ਆਨੰਦ। ਅਮਿਤ ਆਨੰਦ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬ੍ਰੇਕਫਾਸਟ ਸ਼ੋਅ ਦੇ ਵਿੱਚ, ਸਿੱਖ ਚੈਨਲ ਸਟੂਡੀਓ ਦੇ ਵਿੱਚ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਤੇ ਸਭ ਤੋਂ ਪਹਿਲਾਂ ਜੀ ਮੈਂ ਗਿਆਨੀ ਜੀ ਵੱਲ ਆਉਣਾ, ਤੇ ਗਿਆਨੀ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਜੀ। ਤੁਸੀਂ UK ਟੂਰ ਤੇ ਫਿਰ ਦੁਬਾਰਾ ਆਏ, ਸੰਗਤਾਂ ਫਿਰ ਦੁਬਾਰਾ ਕਥਾ ਵਿਚਾਰ ਸੁਣਾਉਣ ਵਾਸਤੇ ਤੁਸੀਂ ਪਹੁੰਚ ਚੁੱਕੇ ਹੋ। ਸੋ ਗਿਆਨੀ ਜੀ, ਆਪ ਆਪਣੇ ਜੋ ਇਸ ਵਾਰੀ UK ਟੂਰ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਾਰੀ ਭਾਈ ਸਾਹਿਬ ਜੀ, ਯਾਨੀ ਕਿ ਕੱਲ ਤੋਂ ਪ੍ਰੋਗਰਾਮ ਸ਼ੁਰੂ ਨੇ, 17 ਜੁਲਾਈ ਤੱਕ ਚੱਲਣਗੇ ਜੀ। ਔਰ ਵੱਖਰੇ ਵੱਖਰੇ ਥਾਵਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਜੀ, ਇਹ ਪਿਛਲੇ ਸਾਲ ਜਦੋਂ ਮੈਂ ਆਇਆ ਸੀ ਤਾਂ ਭਗਤ ਕਬੀਰ ਜੀ ਦੇ ਜਿਹੜੇ ਸਲੋਕ ਨੇ ਜੀ, ਬਿਲਕੁਲ ਉਹਨਾਂ ਦੀ ਵਿਆਖਿਆ ਸ਼ੁਰੂ ਕੀਤੀ ਸੀ ਜੀ, ਤੇ ਉਹ ਮੇਰੇ ਖਿਆਲ 197 ਦੇ ਕਰੀਬ ਤੱਕ ਹੋਏ ਸੀ, ਤੇ ਉਹਨਾਂ ਦੀ ਰਿਕਾਰਡਿੰਗ ਵੀ ਇੱਥੇ ਸਿੱਖ ਚੈਨਲ ਵੱਲੋਂ ਜਾਂ ਜੀ ਜੀ ਦਿਖਾਈ ਗਈ ਜੀ ਜੀ। ਤੇ ਹੁਣ ਕੱਲ ਤੋਂ ਇਹ ਜਿਹੜੇ ਸਲੋਕ ਅਗਲੇ ਨੇ ਜੀ, ਇਹਨਾਂ ਦੀ ਵਿਆਖਿਆ ਜਿਹੜੀ ਇਹ ਸ਼ੁਰੂ ਹੋਵੇਗੀ ਇਹਨਾਂ ਦਿਨਾਂ ਦੇ ਦੌਰਾਨ, ਜਿੱਥੇ ਜਿੱਥੇ ਪ੍ਰੋਗਰਾਮ ਨੇ ਹਾਂਜੀ ਹਾਂਜੀ ਉਹਨਾਂ ਸਾਰੀਆਂ ਥਾਵਾਂ ਤੇ ਲੜੀਵਾਰ ਰੂਪ ਵਿੱਚ ਜਿੱਥੇ ਜਿੱਥੇ ਸਮਾਂ ਬਣੇਗਾ ਜੀ, ਉਸ ਅਨੁਸਾਰ ਇਹ ਵਿਆਖਿਆ ਜਿਹੜੀ ਸਾਂਝੀ ਕੀਤੀ ਜਾਏਗੀ ਜੀ। ਕਹਿੰਦੀ ਜੀ, ਜਿਵੇਂ ਤੁਸੀਂ ਵਿਚਰਦੇ ਹੋ ਪੰਜਾਬ ਦੇ ਵਿੱਚ ਵੀ, ਬਹੁਤ ਥਾਵਾਂ ਤੇ ਵਿਚਰਦੇ ਹੋ, ਪੂਰੇ ਆਲ ਓਵਰ ਵਰਲਡ ਦੇ ਵਿੱਚ ਵਿਚਰਦੇ ਹੋ, ਸੋ ਪੰਜਾਬ ਦੀਆਂ ਸੰਗਤਾਂ ਤੇ ਬਾਹਰ ਦੀਆਂ ਸੰਗਤਾਂ ਦੇ ਰਿਸਪੌਂਸ ਦੇ ਵਿੱਚ ਕੋਈ ਫਰਕ ਹੈਗਾ ਕਿ ਜਾਂ ਸੇਮ ਹੀ ਆ ਜਿਵੇਂ ਕਥਾ ਵਿਚਾਰ ਕਰਦੇ ਆ? ਨਹੀਂ, ਬਰਾਬਰ ਹੈ ਉਹ ਤਾਂ, ਜਿਵੇਂ ਹੁਣ ਜਦੋਂ ਮੈਂ ਪੰਜਾਬ ਵਿੱਚ ਹੁੰਦਾ ਤਕਰੀਬਨ ਅੱਧੇ ਤੋਂ ਜ਼ਿਆਦਾ ਟਾਈਮ ਮੈਂ ਪੰਜਾਬ ਵਿੱਚ ਹੁੰਦਾ ਜੀ, ਬਿਲਕੁਲ, ਤਾਂ ਉਦੋਂ ਮੇਰੇ ਜ਼ਿਆਦਾ ਪ੍ਰੋਗਰਾਮ ਮੈਂ ਪਿੰਡਾਂ ਵਿੱਚ ਰੱਖਣਾ ਹਾਂਜੀ, ਅਤੇ ਪਿੰਡਾਂ ਵਿੱਚ ਹੁਣ ਜਿਵੇਂ ਤੁਸੀਂ ਇੱਥੇ ਮੇਨ ਸਾਰੇ ਇੱਕੋ ਥਾਂ 'ਤੇ ਇਕੱਠੇ ਹੋ ਗਏ, ਕਈ ਪਿੰਡਾਂ ਦੇ ਲਾ ਲਓ ਸਾਰੇ ਪੰਜਾਬ ਦਾ ਜੀ, ਇਹ ਸਾਰੇ ਪਿੰਡਾਂ ਦਾ ਇੱਕ ਥਾਂ 'ਤੇ ਇਕੱਠ ਜੀ ਜੀ, ਅਤੇ ਉਹ ਸਾਰੇ ਜਿਹੜੀ ਮੇਨ ਕੇਂਦਰ ਬਣ ਜਾਂਦਾ ਬਿਲਕੁਲ, ਉਹਦੇ ਕਰਕੇ ਸੰਬੰਧ ਜ਼ਿਆਦਾ ਹੁੰਦੇ ਨੇ ਇੱਥੇ, ਪ੍ਰਚਾਰਕ ਵੀ ਜ਼ਿਆਦਾ ਹੁੰਦੇ ਨੇ ਜਾਂ ਪ੍ਰੋਗਰਾਮ ਜ਼ਿਆਦਾ ਹੁੰਦੇ ਨੇ ਜੀ ਹਰ ਰੋਜ਼। ਹਾਂਜੀ, ਉਹ ਪਿੰਡਾਂ ਦੇ ਵਿੱਚ ਪ੍ਰੋਬਲਮ ਪੰਜਾਬ ਦੇ ਕਿ ਉੱਥੇ ਕਦੀ ਕਦੀ ਜਿਵੇਂ ਮੈਂ ਜਾਂਦਾ ਹਾਂ ਜਾਂ ਸਾਲਾਨਾ ਸਮਾਗਮ ਹੁੰਦਾ, 1 ਦਿਨ ਦਾ 2 ਦਿਨ ਦਾ ਜਾਂ 3 ਦਿਨ ਦਾ ਜੀ, ਅਤੇ ਲਗਾਤਾਰ ਉੱਥੇ ਨਹੀਂ ਇਹ ਪ੍ਰਚਾਰ ਇਸ ਤਰ੍ਹਾਂ ਚੱਲਦਾ ਜਿਵੇਂ ਤੁਹਾਡੇ ਚੱਲ ਰਿਹਾ, ਤੁਹਾਡੇ ਭਾਗ ਕਹਿ ਲਓ ਬਈ, ਬਿਲਕੁਲ ਇੱਥੇ ਆਪਣੇ ਆਪ ਹੀ ਇਹ ਸਿਸਟਮ ਜਿਹਾ ਬਣ ਗਿਆ ਜੀ, ਅਤੇ ਉਸ ਥਾਂ 'ਤੇ ਥੋੜ੍ਹਾ ਜਿਹਾ ਇਹ ਗੈਪ ਬਹੁਤ ਪੈ ਜਾਂਦਾ। ਅੱਛਾ ਜੀ, ਅਤੇ ਵੈਸੇ ਸੰਗਤ ਦਾ ਪ੍ਰੇਮ ਜਿਹੜਾ ਹੈ ਇਹ ਤਕਰੀਬਨ ਬਰਾਬਰ ਹੀ ਹੈ। ਅੱਛਾ ਜੀ, ਉੱਥੇ ਵੀ ਬਹੁਤ ਪਿਆਰ ਸਤਿਕਾਰ ਹੈ ਸੰਗਤ ਦਾ ਜੀ, ਬਿਲਕੁਲ, ਅਤੇ ਅਸੀਂ ਪਹੁੰਚ ਨਹੀਂ ਸਕਦੇ, ਫਿਰ ਅਸੀਂ ਮੀਡੀਆ ਦੇ ਰਾਹੀਂ ਜਿਹੜੇ ਸਾਡੇ ਚੈਨਲ ਨੇ ਉੱਥੇ ਜੀ ਜੀ ਉਹਨਾਂ ਨੂੰ ਅਸੀਂ ਜਿਹੜੀ ਕਥਾ ਰਿਕਾਰਡਿੰਗ ਕੀਤੀ ਹੋਈ ਹੈ ਹਾਂਜੀ ਉਹਨਾਂ ਚੈਨਲਾਂ ਦੇ ਰਾਹੀਂ ਅਸੀਂ ਲਵਾ ਕੇ, ਅਤੇ ਉਹ ਪਿੰਡਾਂ ਦੇ ਜਿਹੜੀ ਸੰਗਤ ਹੈ ਉਹਨਾਂ ਦੇ ਵਾਸਤੇ ਅਸੀਂ ਪ੍ਰਬੰਧ ਕੀਤਾ ਹੋਇਆ ਜੀ ਜੀ ਜੀ, ਕਿ ਉਸ ਰਾਹੀਂ ਉਹ ਜਿਹੜਾ ਗੁਰਬਾਣੀ ਦਾ ਆਨੰਦ ਮਾਣ ਸਕਣ ਜੀ, ਬਿਲਕੁਲ। ਤੇ ਜਦੋਂ ਤੁਸੀਂ ਹੁਣ ਕਥਾ ਕਰਦੇ ਹੋ, ਤੁਸੀਂ ਹਮੇਸ਼ਾ ਸੇਮ ਵਾਲਾ ਕਰੋਗੇ ਜਾਂ ਤੁਸੀਂ ਡਿਫਰੈਂਟ ਡਿਫਰੈਂਟ ਚੀਜ਼ ਕਰੋਗੇ? ਤੁਹਾਡੇ ਤੁਹਾਡਾ ਤੁਸੀਂ ਕੀ ਸੋਚਦੇ ਪਹਿਲਾਂ ਜਿਹਦਾ ਕਰਨ ਤੋਂ ਪਹਿਲਾਂ? ਨਹੀਂ, ਉਹ ਤਾਂ ਆਧਾਰ ਤਾਂ ਗੁਰਬਾਣੀ ਹੁੰਦਾ ਜੀ, ਬਿਲਕੁਲ, ਪਰ ਉਹਦੇ ਤੋਂ ਅੱਗੇ ਉਹਦਾ ਵਿਸਤਾਰ, ਜਿਵੇਂ ਦੇ ਅੱਗੇ ਲੋਕ ਬੈਠੇ ਹੋਏ ਨੇ ਜੀ, ਜਿਵੇਂ ਹੁਣ ਜਿਸ ਢੰਗ ਨਾਲ ਤੁਸੀਂ ਗੱਲ ਕਰ ਰਹੇ ਹੋ ਤੇ ਉਹਨਾਂ ਕੋਈ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਜਿਵੇਂ ਤੁਸੀਂ ਜਿਹੜੀ ਚੀਜ਼ ਸਮਝਦੇ ਹੋ ਜੀ, ਤੇ ਇਸੇ ਤਰ੍ਹਾਂ ਅਸੀਂ ਜਿੱਥੇ ਜਿੱਥੇ ਵੀ ਸਾਡੇ ਪ੍ਰੋਗਰਾਮ ਹੁੰਦੇ ਨੇ, ਜਿਵੇਂ ਸਾਡੀ ਇੱਕ ਸੰਸਥਾ ਹੈ ਮਿਸ਼ਨ ਪੈਗਾਮੇ ਸ਼ਬਦ ਗੁਰੂ ਜੀ, ਬਿਲਕੁਲ, ਲੁਧਿਆਣੇ ਵਿੱਚ ਜੋ ਕੰਮ ਕਰ ਰਹੀ ਜੀ, ਉਹ ਸੈਮੀਨਾਰ ਵੀ ਆਯੋਜਿਤ ਕਰਦੇ ਨੇ ਜੀ, ਸੈਮੀਨਾਰ ਵਿੱਚ ਫਿਰ ਸਾਰੇ ਪੰਜਾਬ ਤੋਂ ਜਿਹੜੇ ਵਿਸ਼ੇਸ਼ ਸਿੰਘ ਨੇ ਜਿਹੜੇ ਬਹੁਤ ਹੀ ਜਾਣਕਾਰੀ ਰੱਖਦੇ ਨੇ ਉਹ ਸੰਗਤ ਆਉਂਦੀ ਹੈ ਜੀ, ਉਹਨਾਂ ਨਾਲ ਖਾਸ ਵਿਸ਼ਿਆਂ ਦੇ ਉੱਤੇ ਗੱਲ ਹੁੰਦੀ ਹੈ, ਉਹ ਫਿਰ ਸਵਾਲ ਵੀ ਕਰ ਲੈਂਦੇ ਨੇ
ਉਹਨਾਂ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਂਦੇ ਨੇ ਜੀ। ਜਿਹੜੀ ਪਿੰਡ ਦੀ ਸੰਗਤ ਹੈ ਉਹ ਪਿੰਡ ਦੇ ਬੰਦਿਆਂ ਦੇ ਨਾਲ ਉਸ ਢੰਗ ਨਾਲ ਗੱਲ ਕੀਤੀ ਜਾਂਦੀ ਹੈ, ਜਿਵੇਂ ਦਾ ਸਰੋਤਾ ਹੈ ਉਸ ਢੰਗ ਨਾਲ ਅਸੀਂ ਬੋਲਦੇ ਹਾਂ। ਸੋ ਜੇ ਤੁਸੀਂ ਯੂਕੇ ਆਉਂਦੇ ਤੁਸੀਂ ਕਿਹੜੇ ਵਿਚਾਰ ਬਾਰੇ ਤੁਸੀਂ ਗੱਲ ਕਰਦੇ ਹੁੰਦੇ ਹੋ? ਇਹ ਤਾਂ ਜੀ ਉੱਥੇ ਸ਼ੁਰੂ ਜਦੋਂ ਹੁੰਦਾ ਉਦੋਂ ਪਤਾ ਲੱਗਦਾ, ਇਹ ਖੁੱਲ੍ਹਾ ਹੀ ਇਹ ਸਾਡਾ ਪ੍ਰੋਗਰਾਮ ਵੀ ਕਿੱਧਰ ਨੂੰ, ਕਿਉਂਕਿ ਕਈ ਵਿਚਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ, ਤੇ ਜਿੱਥੇ ਸਰੋਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ। ਹਾਂਜੀ ਬਿਲਕੁਲ ਜੀ ਬਿਲਕੁਲ, ਕਿ ਜਦੋਂ ਅਸੀਂ ਬੋਲਦੇ ਹਾਂ ਸਾਨੂੰ ਅੱਗੇ ਇਹਨਾਂ ਕੁ ਮਹਾਰਾਜ ਦੀ ਕਿਰਪਾ ਨਾਲ ਪਤਾ ਲੱਗ ਜਾਂਦਾ ਵੀ ਕੋਈ ਕੈਚ ਕਰ ਰਿਹਾ ਕਿ ਜਾਂ ਉਹ ਬਸ ਟਾਈਮ ਪਾਸ ਕਰਦਾ ਪਿਆ। ਹੁਣ ਕਈ ਜਿਹੜੇ ਨੇ ਉਸ ਥਾਵਾਂ ਤੇ ਉਹ ਕੈਚ ਜ਼ਿਆਦਾ ਕਰਦੇ ਨੇ, ਫਿਰ ਅਸੀਂ ਉਹਨੀ ਡੂੰਘਾਈ ਚਲੇ ਜਾਂਦੇ ਹਾਂ। ਤੇ ਜੇ ਕੋਈ ਹੁਣ ਜ਼ਿਆਦਾਤਰ ਸਾਖੀਆਂ ਗੱਲਾਂ ਜਾਂ ਕਹਾਣੀਆਂ ਦੇ ਵਿੱਚ ਸੀਮਤ, ਜਿਹਨੇ ਕਦੀ ਸੁਣਿਆ ਨਹੀਂ ਉਹਦੇ ਵਾਸਤੇ ਦੀ ਵੀ ਗੱਲ ਨਹੀਂ ਹੁੰਦੀ ਜੀ, ਜੀ ਤਾਂ ਉਸ ਢੰਗ ਨਾਲ ਅਸੀਂ ਉਹਦੇ ਨਾਲ ਗੱਲ ਕਰ ਲਈ ਜੀ। ਕੈਚ ਕਰਨ ਦੀ ਤੁਸੀਂ ਗੱਲ ਕਰ ਰਹੇ ਸੀ ਤੇ ਸਾਡੇ ਤੁਹਾਡੇ ਨਾਲ ਹੀ ਅੱਜ ਭਾਜੀ ਆਨੰਦ ਜੀ ਵੀ ਆਏ ਨੇ, ਤੇ ਜਿਵੇਂ ਪਤਾ ਲੱਗਾ ਕਿ ਇਹਨਾਂ ਦੇ ਉੱਤੇ ਇੰਨਾ ਕੁ ਪ੍ਰਭਾਵ ਹੋ ਗਿਆ ਤੁਹਾਡੀ ਕਥਾ ਦਾ, ਜਿਵੇਂ ਤੁਸੀਂ ਜਾਪ ਸਾਹਿਬ ਜੀ ਦੀ ਪਹਿਲਾਂ ਕਥਾ ਸਿੱਖ ਚੈਨਲ ਦੇ ਥਰੂ ਚੱਲਦੀ ਸੀ। ਸੋ ਸਾਡੇ ਨਾਲ ਜਿਹੜੇ ਇੱਕ ਖਾਸ ਗੈਸਟ ਆਏ ਨੇ ਉਹ ਬੇਸਿਕਲੀ ਉਹਨਾਂ ਦੀ ਬੈਕਗਰਾਉਂਡ ਹਿੰਦੂ ਫੈਮਿਲੀ ਨੂੰ ਆ, ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਪਰ ਇੰਨਾ ਜ਼ਿਆਦਾ ਪ੍ਰਭਾਵ ਤੇ ਹੋਏ ਨੇ ਇਸ ਕਥਾ ਤੋਂ ਕਿ ਉਹਨਾਂ ਨੇ ਆਪਣੇ ਜੀਵਨ ਨੂੰ ਬਦਲਣ ਦੀ ਜੋ ਨਿਸ਼ਚਾ ਕਰ ਲਿਆ, ਆਪਣੇ ਜੀਵਨ ਨੂੰ ਬਦਲਣ ਦਾ ਜੋ ਉਹਨਾਂ ਨੇ ਡਿਸਾਈਡ ਕੀਤਾ। ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਤੁਹਾਡੇ ਰੂਬਰੂ ਕਰਾਉਂਦੇ ਹਾਂ ਕਿ ਉਹਨਾਂ ਦੇ ਜੀਵਨ ਵਿੱਚ ਕੀ ਬਦਲਾਵ ਆਏ ਨੇ। ਸੋ ਬਹੁਤ ਸਵਾਗਤ ਹੈ ਜੀ ਭਾਜੀ ਆਨੰਦ ਜੀ, ਤੁਸੀਂ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਜੀ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਕਚੁਅਲੀ ਜਦੋਂ ਮੈਂ ਕਾਫੀ ਟਾਈਮ ਤੋਂ ਹਿੰਦੂਇਜ਼ਮ ਤੋਂ ਮੈਂ ਉਹਨਾਂ ਦੇ ਰੂਲ ਫੋਲੋ ਕਰ ਰਿਹਾ ਸੀਗਾ ਜੀ ਬਿਲਕੁਲ, ਤੇ ਮੇਰੀ ਆਦਤ ਹੈ ਕਿ ਮੈਂ ਹੋਰ ਰਿਲੀਜਨ ਬਾਰੇ ਮੈਂ ਸਿੱਖਾਂ ਕੁਛ ਜਿਹਦੇ ਤੋਂ ਮੇਰੇ ਅੰਦਰ ਆਪੇ ਚੇਂਜ ਕੁਛ ਆਵੇ। ਤੇ ਇੱਕ ਵਾਰੀ ਮੈਂ ਵੀਕਐਂਡ ਤੇ ਸਿੱਖ ਚੈਨਲ ਓਨ ਕੀਤਾ ਤੇ ਮਹਾਂਪੁਰਸ਼ਾਂ ਜੀ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ, ਉਸ ਟਾਈਮ ਮੈਂ ਬ੍ਰੈਕਫਾਸਟ ਕਰ ਰਿਹਾ ਸੀ। ਤੋ ਉਹ ਜਾਪ ਸਾਹਿਬ ਜੀ ਦੇ ਵਿੱਚ ਜਿਹੜੀ ਕਥਾ ਚੱਲਦੀ ਸੀ ਉਹ ਇੰਨਾ ਨਾਈਸ ਲੱਗਿਆ ਕਿ ਮਨ ਵਿੱਚ ਟਿਕਾਵ ਜਾ ਆ ਗਿਆ ਤੇ ਮੈਂ ਐਕਚੁਅਲੀ ਬ੍ਰੈਕਫਾਸਟ ਵੀ ਛੱਡਦਾ ਤੇ ਯਾ ਤੋ ਮੈਂ ਤੇ ਯੂ ਡਿਡਨਟ ਅੰਡਰਸਟੈਂਡ ਐਟ ਫਰਸਟ অর ਡਿਡ ਯੂ ਅੰਡਰਸਟੈਂਡ ਵਾਟ ਵਾਸ ਹੈਪਨਿੰਗ? ਵੈਲ ਮਾਈ ਐਕਸਕਿਊਜ਼ ਮੀ ਮਾਈ ਮੈਸੇਜ ਇਜ਼ ਫਰਮ ਸਿੱਖਿਜ਼ਮ ਰਾਈਟ ਓਕੇ ਬਟ ਸ਼ੀ ਡਸਨਟ ਰੀਲੀ ਫੋਲੋ ਸਿੱਖਿਜ਼ਮ ਬਟ ਆ ਆਲਵੇਜ਼ ਬੀਨ ਅਟ੍ਰੈਕਟਿਡ ਟੂ ਸਿੱਖਿਜ਼ਮ ਸਮਹਾਊ। ਮੇਰੇ ਨਾਲ ਮਿਸਿਜ਼ ਬੈਠੀ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਇੰਨਾ, ਸੋ ਮੈਂ ਉਹਨਾਂ ਤੋਂ ਪੁੱਛੀ ਜਾ ਰਿਹਾ ਸੀ ਤੇ ਉਹਦੇ ਨਾਲ ਮੇਰੀ ਮਿਸਿਜ਼ ਨੇ ਵੀ ਬ੍ਰੈਕਫਾਸਟ ਛੱਡਤਾ। ਸੋ ਅਸੀਂ 20 ਮਿੰਟ ਦਾ ਪ੍ਰੋਗਰਾਮ ਸੁਣਿਆ ਕਿਉਂਕਿ ਐਂਡ ਆਲਮੋਸਟ ਐਂਡ ਹੋਣ ਵਾਲੇ ਸੀ ਤੇ ਅਸੀਂ ਕਿਹਾ ਕਿ ਹੁਣ ਅਜੇ ਬ੍ਰੈਕਫਾਸਟ ਰੁਕ ਜਾਂਦੇ ਹਾਂ ਅਜੇ ਪਹਿਲਾਂ ਕਥਾ ਸੁਣਦੇ ਕਿਉਂਕਿ ਇੰਨਾ ਪ੍ਰਭਾਵ ਪਿਆ ਮਨ ਵਿੱਚ ਕਿ ਹੋਰ ਕੁਛ ਸਿੱਖਣ ਨੂੰ ਮਿਲੇ। ਤੋ ਇੰਨੇ ਕੁਛ ਸਟਾਰਟ ਹੋਇਆ ਤਾਂ ਪ੍ਰੋਗਰਾਮ ਫਿਨਿਸ਼ ਹੋ ਗਿਆ। ਤੋ ਫਿਰ ਮੈਂ ਵਾਟ ਡਿਡ ਯੂ ਡੂ ਨੈਕਸਟ? ਵੈਲ ਇਫੈਕਟਿਵਲੀ ਆਈ ਜਸਟ ਲੈਫਟ ਦ ਬ੍ਰੈਕਫਾਸਟ ਦੇਅਰ ਆਈ ਵੈਂਟ ਸਟ੍ਰੇਟ ਅਪ ਟੂ ਮਾਈ ਹੋਮ ਆਫਿਸ ਆਈ ਕ੍ਰੀਏਟਡ ਤੇ ਫਿਰ ਮੈਂ ਉੱਥੇ ਜਾ ਕੇ ਮਹਾਂਪੁਰਸ਼ਾਂ ਦੇ ਬਾਰੇ ਸਰਚ ਕੀਤਾ। ਐਕਚੁਅਲੀ ਆਈ ਵੈਂਟ ਔਨ ਸਿੱਖ ਚੈਨਲ ਟੂ ਫਾਈਂਡ ਆਊਟ ਹੂ ਐਕਚੁਅਲੀ ਡਿਡ ਦ ਕਥਾ ਬਿਕੋਜ਼ ਦੇਅਰ ਵਾਜ਼ ਨੋ ਨੇਮ, ਉਹਨਾਂ ਦਾ ਨਾਂ ਨਹੀਂ ਲਿਖਿਆ ਸੀਗਾ। ਸੋ ਫਿਰ ਮੈਂ ਚੈਨਲ ਸਰਚ ਕਰਕੇ ਫਿਰ ਯੂਟਿਊਬ ਤੇ ਸਰਚ ਕਰਕੇ ਫਿਰ ਮੈਂ ਸਰਚ ਕੀਤਾ ਉਹਨਾਂ ਦਾ ਨਾਂ ਮਹਾਂਪੁਰਸ਼ਾਂ ਜੀ ਦਾ। ਤੋ ਫਿਰ ਮੈਂ ਐਵਰੀ ਡੇ ਮੈਂ ਸੇਮ ਟਾਈਮ ਟੀ ਵੀ ਔਨ ਕਰਕੇ ਸਿੱਖ ਚੈਨਲ 'ਤੇ ਲਾਉਣ ਲੱਗਿਆ। ਸੋ ਨੈਕਸਟ ਡੇ ਵੀ ਇਹ ਪ੍ਰੋਗਰਾਮ ਆਇਆ ਜੀ ਬਿਲਕੁਲ, ਅਤੇ ਫਿਰ ਉਸ ਤੋਂ ਬਾਅਦ ਦੋ ਤਿੰਨ ਵੀਕ ਪ੍ਰੋਗਰਾਮ ਨਹੀਂ ਆਇਆ। ਤੋ ਫਿਰ ਮੈਂ ਡਿਸਾਈਡ ਕੀਤਾ ਮੈਂ ਇੰਟਰਨੈਟ 'ਤੇ ਆਪ ਜਾ ਕੇ ਲੱਭਾਂ ਸਿੱਖ ਚੈਨਲ ਦੇ ਥਰੂ। ਮੈਂ ਯੂਟਿਊਬ 'ਤੇ ਗਿਆ ਅਤੇ ਉੱਥੇ ਮੈਂ ਜਿੰਨੀ ਵੀ ਇਹਨਾਂ ਦੀ ਕਥਾ ਸੀ ਮੈਂ ਹੌਲੀ ਹੌਲੀ ਉਹਨਾਂ ਨੂੰ ਅਡੋਪਟ ਕਰਨ ਲੱਗ ਗਿਆ। ਅਤੇ ਮੇਨ ਪੁਆਇੰਟ ਹੈ ਕਿ ਕਥਾ ਹੋਰਾਂ ਦੀ ਵੀ ਮੈਂ ਬਹੁਤ ਸੁਣੀ ਹੈ ਬਟ ਜੋ ਪ੍ਰੈਸ਼ਰ ਹੈਪੀਨੈਸ ਦਾ ਪ੍ਰੈਸ਼ਰ ਜੋ ਚੇਂਜਿੰਗ ਜੋ ਮਹਾਂਪੁਰਸ਼ਾਂ ਜੀ ਦੀ ਕਥਾ ਸੁਣ ਕੇ ਆਈ ਹੈ ਆਈ ਡੋਂਟ ਥਿੰਕ ਆਊਟ ਆਫ ਅਚੀਵ ਦੈਟ ਇਨ ਨੈਕਸਟ 20 ਈਅਰਸ। ਸੋ ਨੈਕਸਟ 20 ਈਅਰ ਵਿੱਚ ਵੀ ਕੁਛ ਨਹੀਂ ਆਉਣਾ ਸੀਗਾ ਔਰ ਹਜੇ ਤੋਂ ਮੈਂ ਹਾਫ ਜਪ ਜੀ ਜਾਪ ਸਾਹਿਬ ਜੀ ਸੁਣਿਆ ਹਜੇ ਤੋਂ ਜਪ ਜੀ ਸਾਹਿਬ ਹੈ ਪੂਰਾ ਨਿਤਨੇਮ ਹੈ ਹਾਂਜੀ ਹਜੇ ਪੂਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਸੋ ਉਹਦੇ ਨਾਲ ਮੈਂ ਥੋੜ੍ਹਾ ਹੋਰ ਐਕਸਾਈਟਿਡ ਹੋ ਗਿਆ ਕਿ ਹਜੇ ਇੰਨੇ 'ਚ ਇੰਨਾ ਸਿੱਖਣ ਨੂੰ ਮਿਲਿਆ ਤਾਂ ਅੱਗੇ ਤੋਂ ਪਤਾ ਨਹੀਂ ਕਿੰਨਾ ਕੁਛ ਮਿਲਣਾ। ਵੈਲ ਮਾਈ ਨੈਕਸਟ ਸਟੈਪ ਵਾਜ਼
to get in touch with Mahapurush really. Mm-hmm. Excuse me. So what I did, and there was a number on Sikh channel on subtitle thing. Yeah. And then I just start contacting the Desh Sevak in India. Fir unhone kaha ki woh aaj busy hain. So 3 months went past. Fir another tour mein dekha Facebook pe ki America gaye. So main straight away main unhanu phone kita ki je America aan lage to UK vich bhi aaunge. So fir unhone straight away number nahi deta. Then a couple of days later they provided me Mr. Pal Singh ji's number, but they told me to ring on 1st of July. But unfortunately I didn't wait that long, so I just I broke the rule, but I said, you know what, it's a good way to break the rule. It's actually a positive way to break. So I just rang him straight away, and then enne mainu fir unna de tour bare sara kuch dassya, and since then I just got so excited ki main unna nu mila, jinna di katha sun ke na prabhav penda to unna de mil ke unna de bare hor soch ke. How did it feel? When I was excited, so excited, and you know what, I've been quiet since morning because they are very high level, and Mahapurush, I'm nothing, so I had to kind of calm myself down and make sure anything I say the right word and not to talk a lot. And that's such an inspiring story. Yeah, bahut vadhiya ji. Je ek sade kol bahut ki kehnde ne jindi jaadi example a ke jime bhai sahib ji, bhai Gyani Kulwant Singh ji hori pehla Sukhmi sahib ji di vi katha karde the, ke ode vich vi ek pankti aundi mainu bhai sahib ji di gal baat sunde yaad a ke kinka ek jeev jis jeev basava hai. So jo kinka bhar vi je sade mann de vich vas gaya, chahe assi jime bahut zyada ਸਾਡੇ ਕੋਲ ਸਾਰਾ ਦਿਨ ਕੰਟੈਂਟ ਸਾਰਾ ਕਥਾ ਵਿਚਾਰ ਕੀਰਤਨ ਚੱਲਦਾ ਰਹਿੰਦਾ, ਪਰ ਜੇ ਇੱਕ ਕਿਨਕਾ ਮਾਤਰ ਵੀ ਸਾਡੇ ਮਨ ਵਿੱਚ ਵਸ ਗਿਆ ਤੇ ਸਾਡਾ ਜੀਵਨ ਬਦਲ ਸਕਦਾ। ਜਿਵੇਂ ਆਪਣੇ ਵੀਰ ਜੀ ਇਹ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ, ਪਰ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਇਹ ਕਥਾ ਭਾਈ ਸਾਹਿਬ ਜੀ ਦੀ ਸੁਣੀ, ਤੇ ਭਾਈ ਸਾਹਿਬ ਜੀ ਦੀ ਕਥਾ ਇਹ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈਗੀ ਕਿ ਇਹਨਾਂ ਦੇ ਕਥਾ ਵਿਚਾਰ, ਇਹਨਾਂ ਦੇ ਜੋ ਵਿਚਾਰ ਕਰਨ ਦਾ ਇਹਨਾਂ ਦਾ ਤਰੀਕਾ ਆ, ਕਥਾ ਨੂੰ ਵਿਚਾਰਨ ਦਾ ਤਰੀਕਾ, ਜੋ ਗੁਰਬਾਣੀ ਨੂੰ ਵਿਚਾਰਨ ਦਾ ਤਰੀਕਾ, ਬਹੁਤ ਜ਼ਿਆਦਾ ਯੂਨੀਕ ਆ, ਬਹੁਤ ਜ਼ਿਆਦਾ ਅਲੱਗ ਆ। Absolutely, it's so inspiring to hear a story that someone from a different religion background can listen to katha, can listen to baat, something that he wouldn't understand straight away, but can be so moved by it that he not only left his breakfast, but he even changed his ways, he changed his thinking, and even could change his religion. It's such a big step to take. But ji, thoda jada so, I mean, how did your family take it? I mean, I know your wife is of course from Sikh. Yeah, well, is she taking the same path as well? Yeah, good question. Effectively, straight away, somehow I just decided Singh Sajana future, not straight away, because there's a lot of rules to learn, a lot of things to do, and but in the back of my mind I've decided to Amrit Shakna in future, whenever I'm ready. But I know it's a big step, and I'm kind of person, I don't step forward until I'm fully ready inside. My Mrs. already nahi hai, aur unhe kya bhi hai, chalo parmatma kripa karnge ji, jivein tade mann de vich bhavna nahi jaagi hai. So main uncle ji Pal ji hona wala auna chahunda ke uncle ji is wari jo Gyani ji da tour hai, jivein tusi har har kafi jyada inna de naal rehne ho, so is wari jo tour hai kadon to start ho reha te kede kede towns vich inna de jo katha vicharne, kyunki sangta kafi utshahit ne sunne vaste ke is wari Gyani ji kede kede towns vich ja rahe ne katha vichar karn vaste. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਵਾਰ ਜਿਹੜਾ ਟੂਰ ਆ ਉਹ ਨਿਊ ਕਾਸਟਲ ਤੋਂ ਲੈ ਕੇ ਤਾਂ ਸੈਵਨ ਕਿੰਗਸ ਤੱਕ ਹੈ। ਅੱਛਾ ਜੀ। ਤੇ ਪਹਿਲੀ ਕਥਾ ਅੱਜ ਸ਼ਾਮ ਨੂੰ 7 ਤੋਂ 8 ਨੋਟਿੰਗਮ ਸਿੰਘ ਸਭਾ ਗੁਰਦੁਆਰਾ ਜੀ, ਤੇ ਉਸ ਤੋਂ ਬਾਅਦ 1, 2 ਤੇ 3 ਜੁਲਾਈ ਨੂੰ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਜੀ ਬਿਲਕੁਲ, ਤੇ 4 ਜੁਲਾਈ ਨੂੰ ਜਾਣਾ ਹੈਗਾ ਨਿਊ ਕਾਸਟਲ ਜੀ, 5, 6, 7 ਜੁਲਾਈ ਨੂੰ ਲੈਸਟਰ ਜੀ, 8, 9, 10 ਜੁਲਾਈ ਨੂੰ ਬਰਮਿੰਗਮ ਚ ਬੈਲਨ ਹਾਲ ਗੁਰਦੁਆਰਾ ਤਾਂ ਜੀ ਜੀ, ਮਤਲਬ ਇੱਥੇ ਮਿਡਲੈਂਡ ਚ ਰਹੋਗੇ। ਹਾਂਜੀ ਮਿਡਲੈਂਡ ਚ। ਹਾਂਜੀ 11 ਜੁਲਾਈ ਤੋਂ ਫਿਰ ਲੰਡਨ ਚਲ ਜਾਣਾ। ਅੱਛਾ ਜੀ। ਲੰਡਨ ਦੇ ਵਿੱਚ ਕੁਝ ਸਾਊਥ ਹਾਲ ਕਥਾ, ਹਾਂਜੀ ਇੱਕ ਕਥਾ ਹੈਗੀ ਸੈਵਨ ਕਿੰਗਸ ਜੀ ਜੀ, ਇੱਕ ਕਥਾ ਹੈਗੀ ਆ, ਦੋ ਕਥਾ ਹੈਗੀਆਂ ਰਾਮਗੜੀਆ ਗੁਰਦੁਆਰਾ ਸਲਾਓ। ਕੀ ਬਾਤ ਹੈ ਜੀ।
ਤੇ ਬਾਕੀ ਉਹਨਾਂ ਨੇ ਵੀ ਜਿਹੜਾ ਹੇਜ਼ ਵਾਲਾ ਪ੍ਰੋਗਰਾਮ ਆ ਉਹਨਾਂ ਨੇ ਵੀ ਹਾਂਜੀ ਪ੍ਰਕਾਸ਼ ਪ੍ਰੋਗਰਾਮ 'ਚ ਵੀ ਗਿਆਨ ਜੀ ਨੂੰ ਸਪੈਸ਼ਲੀ ਇਨਵਾਈਟ ਕੀਤਾ ਉਹਦੇ ਵਿੱਚ ਵੀ ਇਹਨਾਂ ਦੀਆਂ ਕਥਾ ਹੋਣਗੀਆਂ। ਸੋ ਇਸ ਵਾਰੀ ਟੂਰ ਦੇ ਵਿੱਚ ਮੈਂ ਮੇਰੇ ਕੋਲ ਇਸ ਵੇਲੇ ਟੇਬਲ ਦੇ ਉੱਪਰ ਦੋ ਬੁੱਕਸ ਪਈਆਂ ਨੇ ਜਿਵੇਂ ਤੁਸੀਂ ਰਿਲੀਜ਼ ਕਰਨ ਜਾ ਰਹੇ ਹੋ ਪਤਾ ਲੱਗਾ ਕਿ ਇਸ ਟੂਰ ਦੇ ਵਿੱਚ ਗਿਆਨੀ ਜੀ ਇੱਕ ਕਰਨ ਜਾ ਰਹੇ ਨੇ ਮੁਕਤ ਭੁਗਤ ਜੁਗਤ। ਸੋ ਗਿਆਨੀ ਜੀ ਮੈਂ ਇਹਦੇ ਬਾਰੇ ਪੁੱਛਣਾ ਚਾਹਾਂਗਾ ਕਿ ਇਸ ਬੁੱਕ ਦੇ ਵਿੱਚ ਤੁਸੀਂ ਕਿਸ ਚੀਜ਼ ਦਾ ਵਿਖਿਆਨ ਕੀਤਾ ਜ਼ਿਆਦਾ? ਇਹਦੇ ਵਿੱਚ ਤਕਰੀਬਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾਂਸ਼ ਜਿਹੜਾ ਛੋਟੇ ਰੂਪ ਵਿੱਚ ਜੀ ਯਾਨੀ ਕਿ ਜਲਦੀ ਸਮਝ ਆ ਜਾਏ ਜੀ 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 ਤਿੰਨਾਂ ਦੇ ਉੱਤੇ ਜ਼ਿੰਦਗੀ ਦਾ ਜਿਹੜਾ ਬੇਸ ਹੈ ਸਾਡਾ ਉਹ ਗੁਰੂ ਸਾਹਿਬ ਨੇ ਸਾਨੂੰ ਦੱਸਿਆ। ਅੱਛਾ ਜੀ। ਭੁਗਤ ਦਾ ਮਤਲਬ ਹੈ ਪਦਾਰਥ ਮਾਇਆ, ਹਾਂਜੀ, ਤੇ ਜੁਗਤ ਦਾ ਮਤਲਬ ਉਹਨੂੰ ਆਪਾਂ ਵਰਤਣਾ ਕਿਵੇਂ, ਜੁਗਤ ਕਿਵੇਂ, ਤੇ ਮੁਕਤ ਦਾ ਮਤਲਬ ਹੈ ਉਹਨੂੰ ਵਰਤ ਕੇ ਉਹਦੇ ਤੋਂ ਫ੍ਰੀ ਰਹਿਣਾ ਜੀ। ਮੁਕਤ ਦਾ ਅਰਥ ਹੁੰਦਾ ਆਜ਼ਾਦ, ਆਜ਼ਾਦ, ਵੀ ਉਹਦੇ ਅਸਰ ਥੱਲੇ ਨਹੀਂ ਆਉਣਾ। ਇਹਦੀ ਤਿੰਨਾਂ ਗੱਲਾਂ ਦੇ ਉੱਤੇ ਵੀ ਸੰਸਾਰ ਦੇ ਪਦਾਰਥ ਵਿੱਚ ਆਪਾਂ ਕਿਵੇਂ ਰਹਿਣਾ ਗੁਰੂ ਗ੍ਰੰਥ ਸਾਹਿਬ ਜੀ ਕੀ ਦੱਸਦੇ ਨੇ। ਕਿਆ ਬਾਤ ਹੈ ਜੀ। ਤੇ ਇਹ ਪੁਸਤਕ ਤਾਂ ਬਣੀ ਹੈ ਕਿ ਇੱਥੇ ਜਦੋਂ ਪਿਛਲੇ ਸਾਲ ਆਏ ਸੀ ਜਿਹੜੇ ਪੰਜ ਸਿੰਘ ਅੰਮ੍ਰਿਤ ਸੰਚਾਰ ਕਰਦੇ ਨੇ ਸਾਰੇ ਤੁਹਾਡੇ ਯੂਰਪ ਜੀ ਜੀ ਬਿਲਕੁਲ ਔਰ ਇੰਗਲੈਂਡ ਵਿੱਚ ਜੀ, ਉਹਨਾਂ ਨੇ ਮੈਨੂੰ ਉਹਨਾਂ ਦੇ ਘਰ ਗਏ ਤੇ ਉੱਥੇ ਜਲ ਪਾਣੀ ਛਕਣ ਤੋਂ ਬਾਅਦ ਹਾਂਜੀ ਜਿਹੜੀ ਗੱਡੀ ਉਹ ਦੂਰ ਦੂਰ ਜਾਂਦੇ ਨੇ ਤੇ ਉਹਨਾਂ ਮੈਨੂੰ ਦੱਸਿਆ ਵੀ ਅਸੀਂ ਆਪਣੀ ਗੱਡੀ ਦੇ ਵਿੱਚ ਇਹਦੀ ਸੀਡੀ ਵੀ ਹੈ ਪਹਿਲਾਂ ਬੋਲੀ ਹੋਈ ਜੀ 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 ਜੀ, ਉਹ ਸਾਰੀ ਗੱਡੀ ਜੋ ਇਹਨਾਂ ਇਹ ਸੀਡੀ ਇਕੱਲੀ ਰੱਖੀ। ਕਿਆ ਬਾਤ ਹੈ ਜੀ। ਤੇ ਮੈਨੂੰ ਕਹਿਣ ਲੱਗੇ ਵੀ ਅਸੀਂ ਜਿੱਥੇ ਅੰਮ੍ਰਿਤ ਛਕਾਉਂਦੇ ਹਾਂ ਉੱਥੇ ਸਾਰਿਆਂ ਨੂੰ ਇਹ ਸੀਡੀ ਜ਼ਰੂਰ ਦਿੰਦੇ ਹਾਂ। ਵਾਹ ਜੀ ਵਾਹ। ਤੇ ਇਹ ਕਰਾਏ ਰਹਿਤ ਜਿਹੜੀ ਅੰਦਰਲੀ ਰਹਿਤ ਹੈ ਉਹਦੇ ਬਾਹਰਲੀ ਨਾ ਪੰਜ ਪਿਆਰੇ ਦੱਸਦੇ ਨੇ ਜੀ ਤੇ ਆਪਾਂ ਅੰਦਰੋਂ ਕਿਵੇਂ ਰਹਿਣਾ ਜੀ ਜੀ। ਇਸ ਲਈ ਇਹ ਜਿਹੜੀ ਮੁਕਤ ਭੁਗਤ ਜੁਗਤ ਤੇ ਕਿਤਾਬ ਵੀ ਇਹਦੀ ਸੀਡੀ ਵੀ ਹੈ। ਅੱਛਾ ਜੀ। ਤੇ ਮੈਂ ਸਮਝਦਾ ਵੀ ਇਹਨੇ ਹਜ਼ਾਰਾਂ ਹੀ ਲੋਕਾਂ ਨੂੰ ਜਿਵੇਂ ਇੱਕ ਕਲੀਅਰ ਕੀਤਾ ਅੰਦਰੋਂ ਵੀ ਸਿੱਖੀ ਦਾ ਭਾਵ ਕੀ ਹੈ ਜੀ ਜੀ। ਕਈ ਵਾਰੀ ਗੱਲ ਕੋਈ ਸਮਝ ਨਹੀਂ ਆਉਂਦੀ ਉਹ, ਇਸ ਲਈ ਇਹ ਜ਼ਰੂਰ ਹੈ ਪੜ੍ਹਨੀ ਚਾਹੀਦੀ ਹੈ। ਅਤੇ ਦੂਸਰੀ ਬੁੱਕ ਜੇ ਵੇਖਿਆ ਜਾਵੇ ਜਿਵੇਂ ਇੱਕ ਤੁਸੀਂ ਹੋਰ ਹੈ ਵਿਆਖਿਆ ਸ਼੍ਰੀ ਜਾਪ ਸਾਹਿਬ ਜੀ, ਸੋ ਇਸ ਦੇ ਵਿੱਚ ਤੇ ਮਤਲਬ ਜਾਪ ਸਾਹਿਬ ਜੀ ਦੀ ਪੂਰੀ ਵਿਆਖਿਆ ਸਾਰੀ? ਹਾਂਜੀ, ਇਹ ਜਾਪ ਸਾਹਿਬ ਦੀ ਕਥਾ ਜਿਹੜੀ ਤੁਸੀਂ ਲਾਈ ਹੈ। ਹਾਂਜੀ ਹਾਂਜੀ ਜੀ 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 ਜੀ, ਇਹਨੂੰ ਲਿਖਿਆ ਸਿੰਘਾਂ ਨੇ। ਅੱਛਾ ਜੀ। ਉਸ ਕਥਾ ਨੂੰ ਲਿਖਿਆ, 50 ਘੰਟੇ ਦੀ ਕਥਾ ਸੀ ਤੇ ਹੁਣ ਕਿਤਾਬ ਤਿਆਰ ਹੋ ਗਈ ਹੈ ਕਿਉਂਕਿ ਸੰਗਤ ਵੱਲੋਂ ਕਿਹਾ ਜਾਂਦਾ ਸੀ ਜੀ ਬਿਲਕੁਲ, ਤੇ ਬੜੀ ਮਿਹਨਤ ਕਰਕੇ ਇਹ ਉੱਥੇ ਆਪਣੇ ਮਿਸ਼ਨ ਪ੍ਰਗਾਮ ਸ਼ਬਦ ਗੁਰੂ ਦੇ ਮੈਂਬਰ ਨੇ ਉਹਨਾਂ ਨੇ ਕੀਤਾ ਜੀ। ਇੱਕ ਹੋਰ ਕਿਤਾਬ ਵੀ ਇਹ ਨਾਮ ਸਿਮਰਨ ਕਿਉਂ ਜ਼ਰੂਰੀ ਹੈ ਜੀ, ਔਰ ਇਹ ਛੋਟੀ ਕਿਤਾਬ ਹੈ ਉਹ ਸੈਮੀਨਾਰ ਹੈ। ਅੱਛਾ ਜੀ। ਉਹ ਕੈਲਗਰੀ ਦੇ ਵਿੱਚ ਸਿੰਘ ਨੇ ਉਹਨਾਂ ਨੇ ਉਹਨੂੰ ਇੰਗਲਿਸ਼ ਵਿੱਚ ਵੀ ਕਰ ਦਿੱਤਾ ਜੀ। ਵਾਹ ਜੀ ਵਾਹ, ਬਹੁਤ। ਆਹ ਜਿਹੜੀ ਮੁਕਤ ਭੁਗਤ ਜੁਗਤ ਤੇ ਇਹ ਹੁਣ ਮੈਂ ਕੈਲੀਫੋਰਨੀਆ ਸੀ ਪਿੱਛੇ ਉੱਥੋਂ ਆਇਆ ਤੁਹਾਡੇ ਕੋਲ। ਅੱਛਾ ਜੀ। ਅੱਛਾ ਜੀ। ਉੱਥੇ ਉਹਨਾਂ ਨੇ ਵੇਖੀ ਤੇ ਉਹ ਕਹਿੰਦੇ ਵੀ ਸਾਨੂੰ ਦਿਓ, ਅਸੀਂ ਇਹਨੂੰ ਇੰਗਲਿਸ਼ ਵਿੱਚ ਕਰਕੇ ਬੱਚਿਆਂ ਨੂੰ ਮਿਹਨਤ ਕਰਨ ਦੀ ਲੋੜ ਹੈ, ਪਰ ਮੈਂ ਆਪ ਪੜ੍ਹਿਆ ਜਿਹੜਾ ਪੜ੍ਹਨ ਵਿੱਚ ਧਿਆਨ ਲੱਗਦਾ ਉਹ ਸੁਣਨਾ ਹੋਰ, ਇਸ ਲਈ ਬੜੀ ਵੱਡੀ ਪੱਧਰ ਤੇ ਮਾਰੀ ਕਿਰਪਾ ਨਾਲ। ਗਿਆਨੀ ਜੀ, ਬਹੁਤ ਕਾਲਸ ਵੀ ਆਉਣੀਆਂ ਸਾਨੂੰ ਇਸ ਬੁੱਕਸ ਬਾਰੇ ਕਿ ਕਿੱਥੋਂ ਮਿਲ ਸਕਦੀਆਂ ਬੁੱਕਸ, ਜਿਵੇਂ ਤੁਹਾਡੇ ਟੂਰ ਜਿੱਥੇ ਜਿੱਥੇ ਤੁਸੀਂ ਜਾਓਗੇ ਬੁੱਕਸ ਉੱਥੋਂ ਅਵੇਲੇਬਲ ਹੋਣਗੀਆਂ? ਇਹ ਸਟਾਲ ਪਾਲ ਸਿੰਘ ਹਰੀ ਇੱਥੋਂ ਦੇ ਸਾਡੇ ਜ਼ਿੰਮੇਵਾਰੀ ਇੰਚਾਰਜ ਤੇ ਇਹਨਾਂ ਦੇ ਨਾਲ ਹੋਰ 5-6 ਸਿੰਘ ਨੇ ਮਿਸ਼ਨ ਦੇ ਮੈਂਬਰ ਨੇ ਜਿਹੜੇ ਜੀ, ਤੇ ਇਹਨਾਂ ਦੇ ਕੋਲ ਸਾਰਾ ਸਮਾਨ ਆਇਆ ਹੋਇਆ ਜੀ, ਤੇ ਤੁਸੀਂ ਇਹਨਾਂ ਦਾ ਨੰਬਰ ਦੇ ਸਕਦੇ ਹੋ ਜੀ ਬਿਲਕੁਲ, ਕਿਸੇ ਨੂੰ ਸਟਾਲ ਤੇ ਨਹੀਂ ਮਿਲਦੀ ਜਾਂ ਕਿਸੇ ਦੂਰ ਮੰਗਾਉਣੀ ਜੀ, ਇੰਡੀਆ ਦੇ ਨੰਬਰ ਵੀ ਹੈਨ ਇੱਥੇ ਜੀ ਬਿਲਕੁਲ, ਇੱਥੇ ਵੀ ਜੇ ਕਿਸੇ ਨੇ ਘਰ ਵੀ ਮੰਗਾਣੀ ਹੈ ਤੇ ਉਹ ਕੋਰੀਅਰ ਵੀ ਕਰ ਦਿੰਦੇ ਨੇ ਜੀ ਬਿਲਕੁਲ ਜੀ। ਮੈਂ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਵੀ ਇਹ ਦੋ ਬੁੱਕਸ ਜਿਵੇਂ ਮੁਕਤ ਭੁਗਤ ਤੇ ਜੁਗਤ ਐਂਡ ਵਿਆਖਿਆ ਸ਼੍ਰੀ ਜਾਪ ਸਾਹਿਬ ਜੀ, ਸੋ ਇਹ ਦੋ ਬੁੱਕਸ ਜਿਨ੍ਹਾਂ ਨੇ ਵੀ ਲੈਣੀਆਂ ਉਹ ਜਿਵੇਂ ਗਿਆਨੀ ਜੀ ਦਾ ਟੂਰ ਜਿਵੇਂ ਅੰਕਲ ਜੀ ਪਾਲ ਸਿੰਘ ਜੀ ਹੋਰਾਂ ਨੇ ਦੱਸਿਆ ਕਿ ਉੱਥੇ ਸਟਾਲ ਵੀ ਲੱਗੂਗਾ ਅਤੇ ਉੱਥੋਂ ਬੁੱਕਸ ਜਿਹੜੀਆਂ ਅਵੇਲੇਬਲ ਹੋਣਗੀਆਂ ਉਹ ਲੈ ਸਕਦੇ ਨੇ ਉੱਥੋਂ, ਜਿਨ੍ਹਾਂ ਨੇ ਵੀ ਜੋ ਪੜ੍ਹਨ ਦੇ ਚਾਹਵਾਨ ਨੇ, ਜੋ ਜਿਵੇਂ ਕਈ ਵਾਰ ਅਸੀਂ ਪੜ੍ਹ ਕੇ ਜ਼ਿਆਦਾ ਜਿਵੇਂ ਗਿਆਨੀ ਜੀ ਨੇ ਕਿਹਾ ਕਿ ਸੁਣਨ ਵਿੱਚ ਅਤੇ ਪੜ੍ਹਨ ਵਿੱਚ ਬਹੁਤ ਫਰਕ ਆ, ਸੋ ਜੋ ਕਈ ਵਾਰ ਪੜ੍ਹ ਕੇ ਜ਼ਿਆਦਾ ਗਿਆਨ ਸਾਨੂੰ ਮਿਲਦਾ, ਸੋ ਤੁਸੀਂ ਉਹ ਬੁੱਕਸ ਉੱਥੋਂ ਲੈ ਸਕਦੇ ਹੋ ਜੀ। ਐਬਸੋਲਿਊਟਲੀ, ਸੋ ਦੀਸ ਬੁੱਕਸ ਆਰ ਅਵੇਲੇਬਲ ਟੂ ਬਾਈ ਵੈਨ ਦੀ ਟੂਰ ਟੇਕਸ ਪਲੇਸ ਐਟ ਐਨੀ ਇਵੈਂਟ ਯੂ ਕੈਨ, ਦੇਰ ਵਿਲ ਬੀ ਅ ਸਟੋਰ ਅਵੇਲੇਬਲ ਟੂ ਬਾਈ ਦ ਬੁੱਕਸ। ਤਾਂ ਜਿਹੜੇ ਇੰਗਲਿਸ਼ ਵਾਲੇ ਉਹ ਵੀ ਹੋਣਗੇ ਸਟੋਰ ਤੇ? ਨਹੀਂ, ਉਹ ਅਜੇ ਤਿਆਰ ਨਹੀਂ ਹੋਈ, ਥੋੜਾ ਜਿਹਾ ਉਹਦੀ ਪ੍ਰੂਫ ਰੀਡਿੰਗ ਜਿਹੜੀ ਉਹ ਹੋ ਰਹੀ ਹੈ ਜੀ ਜੀ, ਤੇ ਜੋ ਮੇਰੇ ਖਿਆਲ ਚ ਅਗਲੇ ਜਿਹੜਾ ਸਾਲ ਹੈ ਜੀ ਜੀ ਜਦੋਂ ਸਾਡੇ ਕੋਲ ਆਏਗੀ ਜੀ, ਅਸੀਂ ਇੱਥੇ ਅਨਾਉਂਸ ਤੁਹਾਡੇ ਚੈਨਲ ਤੇ ਵੀ ਕਰਾ ਦਿਆਂਗੇ ਜੀ ਜੀ।
ਗਿਆਨੀ ਜੀ ਗੱਲਬਾਤ ਕਰਦੇ ਹਾਂ, ਟਾਈਮ ਦਾ ਪਤਾ ਨਹੀਂ ਲੱਗਾ ਕਿਹੜੇ ਵੇਲੇ ਨਿਕਲ ਗਿਆ, ਸੋ ਆਪਣੇ ਕੋਲ ਸਿਰਫ ਲਾਸਟ 2 ਮਿੰਟ ਰਹਿ ਗਏ, ਕੀ ਮੈਸੇਜ ਦੇਣਾ ਚਾਹੋਗੇ ਸਾਰੀਆਂ ਹੀ ਸੰਗਤਾਂ ਨੂੰ? ਮੈਸੇਜ ਜੀ ਇਹੀ ਹੈ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ 240 ਸਾਲ ਇਹ ਸਰੀਰਕ ਜੀਵਨ ਜਿਉਂ ਕੇ ਦਿਖਾਇਆ ਕਿ ਕਿਵੇਂ ਅਸੀਂ ਇਸ ਸੰਸਾਰ ਵਿੱਚ ਵਿਚਰਨਾ ਜੀ, ਤੇ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਜੁੜ ਕੇ ਤੇ ਗੁਰੂ ਪੰਥ ਯਾਨੀ ਕਿ ਜਿਹੜੇ ਰੂਲ ਨੇ ਜਿਹੜੇ ਬਾਹਰੀ ਨੇ ਜੀ, ਕਿਉਂਕਿ ਪੰਥ ਦਾ ਮਤਲਬ ਰਾਹ ਹੈ ਜੀ, ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਹੈ ਸਿੱਖ ਦਾ ਜੀ, ਬਿਲਕੁਲ ਉਸ ਰਾਹ ਦੇ ਰਾਹੀਂ ਆਪਾਂ ਗੁਰੂ ਸਾਹਿਬ ਤੱਕ ਜਾਣਾ ਜੀ, ਉਹਦੇ ਵਾਸਤੇ ਸਾਨੂੰ ਵੱਧ ਤੋਂ ਵੱਧ ਇਹ ਵਿੱਦਿਆ ਜਿਹੜੀ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਜੀ, ਔਰ ਸਰਲ ਵਿੱਦਿਆ ਕੋਈ ਬਹੁਤੀ ਔਖੀ ਨਹੀਂ, ਇਹਦੇ ਵਿੱਚ ਇੰਨੀ ਜਿੰਦ ਜਾਣੇ ਕੋਈ ਇਹ ਕੋਈ ਅੱਖਰੀ ਗਿਆਨ ਨਹੀਂ, ਮੇਰਾ ਤਜਰਬਾ ਹੈ, ਕਿਉਂਕਿ ਅੱਖਰੀ ਗਿਆਨ ਦਾ ਵੇਖੋ ਤੁਹਾਡੇ ਸਾਹਮਣੇ ਆਪਣੇ ਜੀ ਐਗਜ਼ਾਮਪਲ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਬਿਲਕੁਲ ਜੀ, ਇਹਨਾਂ ਨੂੰ ਅਜੇ ਪੂਰੀ ਸਮਝ ਵੀ ਨਹੀਂ ਸੀ ਆ ਰਹੀ ਜੀ ਜੀ, ਪਰ ਉਸ ਚੀਜ਼ ਨੇ ਇਹਨਾਂ ਨੂੰ ਆਪਣੇ ਵੱਲ ਖਿੱਚ ਲਿਆ ਜੀ ਜੀ, ਇਸ ਲਈ ਆਪਾਂ ਇਹ ਅੱਖਰਾਂ ਤੋਂ ਅੱਗੇ ਵੀ ਕੁਝ ਲੁਕਿਆ ਹੋਇਆ ਕੀ ਬਾਤ ਹੈ, ਜਿਹਨੂੰ ਅਸੀਂ ਲੱਭਣਾ ਵਾਹ ਜੀ, ਤੇ ਉਹ ਮਹਾਰਾਜ ਨੇ ਕਿਰਪਾ ਕਰਨੀ ਤੇ ਉਹਦੇ ਨਾਲ ਜੀਵਨ ਸੁਖੀ ਜੀ, ਬਹੁਤ ਧੰਨਵਾਦ ਜੀ ਗਿਆਨੀ ਜੀ ਕੁਲਵੰਤ ਸਿੰਘ ਜੀ ਹੋਣੀ ਤੇ ਭਾਈ ਅੰਕਲ ਜੀ ਪਾਲ ਸਿੰਘ ਜੀ ਅਤੇ ਵੀਰ ਜੀ ਮੇਰੇ, ਸੋ ਅੱਜ ਦਾ ਬ੍ਰੇਕਫਾਸਟ ਸ਼ੋਅ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਐਗਜ਼ਾਮਪਲ ਆਈ ਕਿ ਜਿਵੇਂ ਗਿਆਨੀ ਜੀ ਦੇ ਮੈਸੇਜ ਦੇ ਵਿੱਚ ਵੀ ਇਹੀ ਸੀ ਕਿ ਜੇ ਅਸੀਂ ਜਿਵੇਂ ਪੜ੍ਹ ਪੜ੍ਹ ਕੇ ਜਿਵੇਂ ਅੱਖਰਾਂ ਤੋਂ ਅੱਗੇ ਵੀ ਬਹੁਤ ਕੁਛ ਹੈ ਜੇ ਅਸੀਂ ਉਹਨੂੰ ਸਮਝੀਏ ਤੇ, ਸੋ ਅੱਜ ਦੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਗੱਲਬਾਤ ਕਰਦੇ ਹਾਂ ਦੌਰਾਨ ਜੇ ਸਾਡੇ ਕੋਲੋਂ ਬੋਲਦੇ ਹਾਂ ਕੋਈ ਗਲਤੀ ਹੋ ਗਈ ਹੈ ਤੇ ਮਾਫ਼ ਕਰਨਾ, ਸੋ ਕੱਲ੍ਹ ਸੇਮ ਟਾਈਮ ਸੇਮ ਪਲੇਸ ਫਿਰ ਤੁਹਾਡੇ ਦਰਸ਼ਨ ਕਰਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ, ਸੋ ਅੱਜ ਦੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਇਜਾਜ਼ਤ ਦਿਓ ਜੀ, ਸੋ ਇੱਕ ਵਾਰ ਫਿਰ ਅਸੀਂ ਹੱਥ ਜੋੜ ਕੇ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਤੇ ਜੀਆਂ ਨੂੰ ਕਹਿੰਦੇ ਹਾਂ ਤੇ ਤੁਹਾਡਾ ਧੰਨਵਾਦ, ਤੁਸੀਂ ਆਪਣਾ ਟਾਈਮ ਕੱਢਿਆ ਸਾਡੇ ਇਸ ਸ਼ੋਅ ਦੇ ਲਈ, ਸੋ ਬਹੁਤ ਸਵਾਗਤ ਹੈ ਜੀ ਸਾਰੀਆਂ ਹੀ ਸੰਗਤਾਂ ਵੱਲੋਂ ਗਿਆਨੀ ਜੀ ਦਾ UK ਟੂਰ ਵਾਸਤੇ, ਤੋ ਕੱਲ ਸੇਮ ਟਾਈਮ ਸੇਮ ਪਲੇਸ ਫੇਰ ਤੁਹਾਡੇ ਦਰਸ਼ਨ ਕਰਾਂਗੇ ਜੀ, ਐਬਸੋਲੂਟਲੀ ਇਟਸ ਟਾਈਮ ਫॉर द ਐਂਡ ਆਫ ਦ ਸ਼ੋਅ, ਅ ਵੈਰੀ ਬਿਗ ਥੈਂਕ ਯੂ ਟੂ ਆਵਰ ਗੈਸਟ ਫॉर ਜੋਇਨਿੰਗ ਅਸ ਟੁਡੇ, ਗਿਵਿੰਗ ਸਮ ਲਵਲੀ ਮੈਸੇਜਸ ਐਂਡ ਐਨ ਇਨਸਪਾਇਰਿੰਗ ਸਟੋਰੀ ਐਸ ਵੈਲ, ਸੋ ਇਟਸ ਟਾਈਮ ਫॉर द ਐਂਡ ਆਫ ਦ ਸ਼ੋਅ, ਜੀ ਜੋਇਨ ਅਸ ਅਗੇਨ ਟੁਮਾਰੋ ਮਾਰਨਿੰਗ ਫॉर ਦ ਬ੍ਰੈਕਫਾਸਟ ਸ਼ੋਅ ਜੀ, ਦੇਖਦੇ ਰਹਿਣਾ ਸਿੱਖ ਚੈਨਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।